ਕੱਲ ਆਈ ਕੁਦਰਤੀ ਆਫ਼ਤਾਂ ਵੱਲੋਂ ਤੁਸੀਂ ਦੇਖ ਸਕਦੇ ਹੋ, ਦੇਰ ਰਾਤ ਜਿਹੜੀ ਆਂਧੀ ਤੂਫਾਨ ਆਇਆ, ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਸ਼ਹਿਰ ਜਿਹੜਾ ਪੂਰਾ ਤਿੱਤਰ ਬਿੱਤਰ ਹੋ ਚੁੱਕਾ ਹੈ। ਇਹ ਤੁਸੀਂ ਦੇਖ ਸਕਦੇ ਹੋ ਆਤਮ ਪਾਰਕ ਦੀਆਂ ਤਸਵੀਰਾਂ ਨੇ, ਜਿੱਥੇ ਕਿ ਖੰਭੇ ਅਤੇ ਨਾਲ ਪੇੜ ਜਿਹੜੇ ਹੈਗੇ ਨੇ ਉਹ ਗਿਰ ਚੁੱਕੇ ਨੇ। ਇਸ ਸਮੇਂ ਜਿਹੜੀ ਤੇਜ਼ ਰਾਤ ਤੂਫਾਨ ਆਇਆ, ਤੁਸੀਂ ਦੇਖ ਸਕਦੇ ਹੋ ਇੱਕ ਐਕਟਿਵਾ ਸਵਾਰ ਬਾਲ ਬਾਲ ਬੱਚੇ ਆ ਇਹਦੇ 'ਚ, ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਐਕਟਿਵਾ ਦਾ ਕੀ ਹਾਲਤ ਹੋ ਚੁੱਕਾ ਹੈ। ਲੇਕਿਨ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਐਕਟਿਵਾ ਸਵਾਰ ਜਿਹੜਾ ਉਹ ਬਾਲ ਬਾਲ ਬੱਚੇ ਹੁੰਦਾ। ਉਹਨੇ ਖੰਭੇ ਤੋਂ ਛਾਲ ਮਾਰੀ ਜੀ, ਜਿਹੜੇ ਬੰਦੇ ਤੋਂ ਬਚਾਅ ਹੋ ਗਿਆ, ਸੱਟਾਂ ਲੱਗੀ, ਮਾੜੀ ਮਾੜੀ ਸੱਟਾਂ ਲੱਗੀਆਂ ਜੀ, ਉਹਨਾਂ ਬੰਦਾ ਬਚ ਗਿਆ ਜੀ। ਮੈਂ ਇਸ ਵੇਲੇ ਸੀਗਾ ਨਹੀਂ, ਉਹਦੇ ਜਿਹੜੇ ਗੈਸਟ ਆਏ ਸੀ ਨਾ ਉਹ ਕਹਿ ਕੇ ਗਏ ਜੀ ਹਾਂ ਵੀ ਬੰਦਾ ਬਚ ਗਿਆ, ਮਾੜੀ ਮੋਟੀ ਸੱਟਾਂ ਲੱਗੀ ਹੋਈ, ਮੈਂ ਤਾਂ ਹੁਣ ਆਇਆ ਜੀ। ਸੰਪਰਕ ਕਰਕੇ ਜਲਦੀ ਤੋਂ ਜਲਦੀ ਇਹ ਰਸਤਾ ਕਲੀਅਰ ਕਰਾ ਕੇ, ਰੋਡ ਕਲੀਅਰ ਕਰਾ ਕੇ ਚਲਵਾ, ਅਤੇ ਬੰਦੇ ਜਿਹੜੇ ਬਿਜਲੀ ਬੋਰਡ ਦੇ ਅਤੇ ਹੋਰ ਜਿਹੜੇ ਸਿਵਲੀਅਨ ਨਾਲ ਨਾਲ ਲੈ ਕੇ ਹੈਲਪ ਕਰਕੇ ਸਾਰਾ ਰੋਡ ਕਲੀਅਰ। ਅੱਛਾ, ਕੋਈ ਇੰਜਰਡ ਤਾਂ ਨਹੀਂ ਹੋਇਆ? ਨਹੀਂ ਬਿਲਕੁਲ, ਰਸਤਾ ਰਾਤ ਦਾ ਬਲੋਕ ਆ, ਹੁਣ ਜਲਦੀ ਜਲਦੀ ਕਲੀਅਰ ਕਰ। ਅਤੇ ਜਿਹੜੀ ਇੱਕ ਐਕਟਿਵਾ ਸਵਾਰ ਜਿਹੜਾ ਦੱਸਿਆ ਜਾ ਰਿਹਾ, ਜਿਹਦੀ ਐਕਟਿਵਾ ਬਾਰੇ ਨਹੀਂ ਹਜੇ ਸਾਨੂੰ ਕੋਈ